بسم اللہ الرحمن الرحیم ਤੇ ਅਸਲਾਮੁਆਲੇਕਮ 9 ਜੂਨ ਤੇ ਇਤਵਾਰ ਦਾ ਦਿਨ ਅੱਜ ਦੇ ਪੰਜਾਬੀ ਵੀਲੌਗ ਚ ਸਜਣਾ ਮਿੱਤਰਾ ਭੈਣਾ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਅੱਜ ਤੁਹਾਡੇ ਨਾਲ ਜਿਹੜੀਆਂ 5-7 ਗੱਲਾਂ ਸਾਂਝੀਆਂ ਕਰਨੀਆਂ ਨੇ ਉਹਨਾਂ ਚੋਂ ਪਹਿਲੀ ਗੱਲ ਹੈ ਨਵਾਜ਼ ਸ਼ਰੀਫ ਤੇ ਦੁੱਤ ਤੇ ਦਹੀਂ ਦੀਆਂ ਨਹਿਰਾਂ ਉਹ ਹੋ ਤੁਸੀਂ ਆਖਦੇ ਹੋਵੋਗੇ ਵੀ ਗਿੱਲ ਸਾਹਿਬ ਇਹ ਕੀ ਕਹਿ ਦਿੱਤਾ ਦੁੱਤ ਤੇ ਸ਼ਾਇਦ ਦੀਆਂ ਨਹਿਰਾਂ ਤੇ ਸੁਣੀਆਂ ਸਨ ਇਹ ਦੁੱਤ ਤੇ ਦਹੀਂ ਦੀਆਂ ਨਹਿਰਾਂ ਕੀ ਸੁਣ ਲਈਆਂ ਦੱਸਣਾ ਤੁਹਾਨੂੰ ਪੂਰੀ ਗੱਲ ਦੱਸਣਾ ਨਵਾਜ਼ ਸ਼ਰੀਫ ਸਾਹਿਬ ਆਪਣੇ ਨੇ ਜਨਾਬ ਮਰੀ ਤੇ ਉੱਥੇ ਲੈ ਗਏ ਨੇ ਮੇਰੀ ਭੈਣ ਨੂੰ ਮੇਰੀ ਬਾਜੀ ਨੂੰ ਤੇ ਆਪਣੀ ਧੀ ਨੂੰ ਨਾਲ ਉੱਥੇ ਕੋਈ ਸਾਫ਼ੀ ਸੱਦੇ ਨੇ ਤੇ ਉੱਥੇ ਇੱਕ ਬੜੀ ਤੱਤੀ ਤੇ ਠੰਡੀ ਬੈਠੇ ਕੀਤੀ ਹੈ ਤੇ ਉੱਥੇ ਬੜੇ ਬੜੇ ਲੰਮੇ ਕਲਾਬੇ ਮਲਾਏ ਨੇ ਕਿ ਜਦੋਂ ਮੇਰੀ ਹਕੂਮਤ ਸੀ ਤੇ ਸੀ ਪੈਕ ਕਰ ਦਿੱਤਾ ਤੇ ਇਕਨੋਮੀ ਆ ਇਹਨੂੰ ਕਰ ਦਿੱਤੀ ਤੇ ਇਹ ਕਰ ਦਿੱਤਾ ਤੇ ਇੰਜ ਇਕਨੋਮੀ ਵਧ ਰਹੀ ਸੀ ਮੁਲਕ ਤਰੱਕੀ ਕਰ ਗਿਆ ਸੀ ਸਵਿਟਜ਼ਰਲੈਂਡ ਬਣ ਗਿਆ ਸੀ ਤੇ ਦੁੱਧ ਤੇ ਦਹੀਂ ਦੀਆਂ ਨਹਿਰਾਂ ਇਹ ਦਹੀਂ ਮੇ ਕੋਲੋਂ ਪਾਇਆ ਉਹਨਾਂ ਤੇ ਦੁੱਧ ਦੀਆਂ ਨਹਿਰਾਂ ਉਹਨਾਂ ਅਖੇ ਚੱਲ ਰਹੀਆਂ ਸਨ ਇਹ ਹੁਣ ਜੋ ਹੋ ਰਿਹਾ ਸੀ ਉਹਦੇ ਤੁਹਾਨੂੰ ਪਤਾ ਹੀ ਹੈ ਮੈਨੂੰ ਦੱਸਣ ਦੀ ਗੱਲ ਨਹੀਂ ਕਿਉਂਕਿ ਖਬਰਾਂ ਅੱਜ ਬੜੀਆਂ ਸਾਰੀਆਂ ਨੇ ਨਾਲ ਤੁਹਾਡੇ ਚਿੱਠੀ ਪੱਤਰ ਨੇ ਇਸ ਲਈ ਇਹਦੇ ਤੇ ਮੈਂ ਬਹੁਤਾ ਵੇਲਾ ਨਹੀਂ ਲਾਉਣਾ ਜਿਹੜੀਆਂ ਜ਼ਰੂਰੀ ਗੱਲਾਂ ਨੇ ਉੱਤੇ ਗੱਲਾਂ ਕਰਨੀਆਂ ਨੇ ਇਹ ਦੁੱਧ ਤੇ ਦਹੀਂ ਦੀਆਂ ਨਹਿਰਾਂ ਨੂੰ ਛੱਡ ਦੇਣੇ ਅਸਲ ਹੁਣ ਇਹ ਵੀ ਆਖਿਆ ਵੀ Imran Khan ਨੂੰ AC ਦੇਣ ਨੂੰ ਮੈਂ ਤਿਆਰ ਹਾਂ ਲੇਕਿਨ ਪਹਿਲਾਂ ਮੈਂ ਦਹੀਂ ਕਿਉਂ ਆਖਿਆ ਇਹਦੇ ਤੇ ਆ ਜਾਈਏ ਉਹ ਮੈਂ ਇਸ ਤੋਂ ਆਖਿਆ ਵੀ ਪਹਿਲੀ ਗੱਲ ਤੇ ਪਾਕਿਸਤਾਨ ਨਾ ਕਿਤੇ ਸਵਿਟਜ਼ਰਲੈਂਡ ਬਣਿਆ ਸੀ ਨਾ ਕਿਤੇ ਉੱਥੇ ਦੁੱਧ ਦੀਆਂ ਨਹਿਰਾਂ ਚੱਲ ਰਹੀਆਂ ਸਨ ਤੇ ਜੇ ਕਿਤੇ ਵਗਦੀਆਂ ਵੀ ਹੁੰਦੀਆਂ ਦੁੱਧ ਦੀਆਂ ਨਹਿ ਤੇ ਇਹ ਟੱਬਰ ਜਿਹੜਾ ਤਖਰੀਬਕਾਰ ਹੈ ਨਾ ਆਪਣੀ ਕਰਪਸ਼ਨ ਤੇ ਬੇਸ਼ਰਮੀ ਦਾ ਜਾਗ ਲਾ ਕੇ ਨਾ ਤੇ ਉਸ ਦੁੱਧ ਦੀ ਵਗਦੀ ਨਹਿਰ ਨੂੰ ਦਹੀਂ ਬਣਾ ਦੇਣਾ ਸੀ ਤੇ ਜੇ ਉਸ ਵੇਲੇ ਦਹੀਂ ਜੰਮ ਜਾਣਾ ਸੀ ਤੇ ਨਹਿਰ ਨੇ ਰੁਕ ਜਾਣਾ ਸੀ ਤੇ ਫੇਰ ਤੁਹਾਨੂੰ ਪਤਾ ਲੱਸੀ ਬਣ ਜਾਣੀ ਸੀ ਸਾਰੇ ਮੁਲਕ ਦੀ ਪਹਿਲਾਂ ਹੀ ਇਹ ਨਾ ਲੱਸੀ ਬਣਾ ਦੇ ਦਿੱਤੀ ਹੈ ਪੂਰੇ ਮੁਲਕ ਦੀ ਤਾਂ ਪਿੰਡਾਂ ਵਾਲਿਆਂ ਨੂੰ ਪਤਾ ਹੋਣਾ ਇੱਕ ਛੱਡੀ ਹੁੰਦੀ ਹੈ ਵਿੱਚ ਚੀਜ਼ ਛੱਡੀ ਨਹੀਂ ਛੱਡੀ ਉਹ ਦੁੱਧ ਦੇ ਵਿੱਚੋਂ ਨਿਕਲਦੀ ਹੈ ਤੇ ਉਹ ਹੁਣ ਮੇਰਾ ਮਤਲਬ ਹੈ ਕਿ ਪਹਿਲੇ ਮੱਖਣ ਖਾਣ ਵਾਲੀ ਜਿਹੜੀ ਆਵਾਮ ਸੀ ਜਿਹੜੇ ਵਿਚਾਰੇ ਥੋੜੇ ਬਹੁਤ ਖਾ ਲੈਂਦੇ ਸਨ ਹੁਣ ਉਹਨਾਂ ਦੀ ਕਿਸਮਤ ਵੀ ਛੱਡੀ ਰਹਿ ਗਈ ਹੈ ਖੈਰ ਬਹਰਲ ਨਵਾਸ਼ੀਰ ਸਾਹਿਬ ਨੇ ਇਹ ਬੜਕਾ ਬੁੜਕਾ ਇਕਨੋਮੀ ਦੀਆਂ ਇਧਰ ਉਧਰ ਦੀਆਂ ਤੇ ਬਾਰੀਆਂ ਅਸਲ ਗੱਲ ਵਾਲੇ ਪਾਸੇ ਆਉਣੇ ਨਵਾਸ਼ੀਰ ਸਾਹਿਬ ਨੇ ਆਖਿਆ ਵੀ Imran Khan ਸਾਡੇ ਏਸੀ ਲਾਉਂਦਾ ਫਿਰਦਾ ਸੀ ਮੈਂ ਇਹਨੂੰ 2 ਏਸੀ ਦੇਣ ਨੂੰ ਤਿਆਰ ਹੈ ਵਾਹ ਬਈ ਵਾਹ 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 ਬੱਲੇ ਓਏ ਸ਼ੇਰ ਬੱਗੇਓ ਬੱਲੇ 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 ਆਖੀਰੀ ਕਰਕੇ ਰੱਖਤੀ ਹੈ ਓ ਭਾਈ ਜੀ ਤੁਹਾਡੇ ਕਹਿਣ ਤੇ ਨੂਨ ਵਾਲਿਆਂ ਦੇ ਕਹਿਣ ਤੇ ਡੀਪੀਓ ਆਈਜੀ ਇਸਲਾਮਾਬਾਦ ਤੁਸੀਂ ਨਹੀਂ ਸੀ ਬਦਲਣਾ ਚਾਹੁੰਦੇ ਸ਼ਬਾਸ਼ ਸ਼ਰੀਫ ਮਰੀਮ ਨਵਾਜ਼ ਨਵਾਜ਼ ਸ਼ਰੀਫ ਸਾਰਾ ਟੱਬਰ ਬਾਜਮਾਤ ਸਨ ਟੱਬਰੇ ਤੁਸੀਂ ਰੋਂਦੇ ਰਹੇ ਜੇ ਚੌਰੀ ਨਜ਼ਾਮਦੀਨ ਨੇ ਕਿਹਾ ਵੀ ਨੌਕਰ ਕੀ ਤੇ ਨਖਰਾ ਕੀ ਚੁੱਪ ਕਰਕੇ ਉਹ ਕਰੋ ਜਿਹੜਾ ਮੋਸ ਨਕਵੀ ਆਂਦਾ ਛੱਡੋ ਉਸ ਡੀਆਈਜੀ ਨੂੰ ਇੱਥੋਂ ਲਾਹੌਰੋਂ ਨਾਸਰ ਨੂੰ ਤੇ ਉੱਥੇ ਜਾ ਕੇ ਉਹਨੂੰ ਆਈਜੀ ਲੱਗਣ ਦਿਓ ਚੁੱਪ ਕਰਕੇ ਤੁਸੀਂ ਬੰਦੇ ਦੇ ਪੁੱਤਰ ਬਣ ਕੇ ਨਾ ਤੁਹਾਡੀ ਮਰਜ਼ੀ ਦਾ ਹਜੇ ਤੱਕ ਡੀਪੀਓ ਲੱਗਾ ਤੇ ਨਾ ਤੁਹਾਡੀ ਮਰਜ਼ੀ ਦਾ ਆਈਜੀ ਲੱਗਾ ਹਾਂ ਉਹ ਆਟੇ ਦੀ ਗੁੱਥੀ ਦੇ ਉੱਤੇ ਤੁਹਾਡੀ ਫੋਟੋ ਲੱਗ ਗਈ ਸੀ ਤੇ ਧੀ ਤੁਹਾਡੀ ਨੂੰ ਟਿਕਟੋਕ ਬਣਾਉਣ ਦੀ ਇਜਾਜ਼ਤ ਹੈ ਜਿੱਥੇ ਮਰਜ਼ੀ ਬਣਾਵੇ ਇੱਥੋਂ ਤੱਕ ਜਨਾਬ ਤੁਹਾਡੀ ਪਹੁੰਚ ਹੈ ਅਗਲੀ ਗੱਲ ਤੁਹਾਨੂੰ ਅੰਦਰ ਦੇ ਜ਼ਰਾਏ ਤੋਂ ਦਸੀਏ ਪੀ ਘਰ ਦੇ ਵਿੱਚ ਤੁਸੀਂ ਨਵਾਜ ਸਿੰਘ ਸਾਹਿਬ ਐਸ ਵੇਲੇ ਪੋਤਰਿਆਂ ਨੂੰ ਮਰਜ਼ੀ ਨਾਲ ਚਾਕਲੇਟ ਨਹੀਂ ਦੇ ਸਕਦੇ ਕੱਢ ਕੇ ਹਾਂਜੀ ਉਹ ਵੀ ਜਿਹੜੇ ਤੁਹਾਡੇ ਪੋਤਰੇ ਨਾ ਹਸਨ ਹਸੈਨ ਦੇ ਬੱਚੇ ਉਹ ਚਾਕਲੇਟ ਮੰਗ ਲੈਣ ਤੇ ਨਾਲ ਉਹ ਫੁੱਫੀ ਆਤੀ ਹੈ ਵੀ ਇਹਨੂੰ ਨਹੀਂ ਪਤਾ ਬਾਬੇ ਨੂੰ ਮੈਂ ਦੇਾਂਗੀ ਘਰ ਆ ਕੇ ਖਬਰਦਾਰ ਜੇ ਕਿਸ ਨੇ ਚਾਕਲੇਟਾਂ ਨੂੰ ਹੱਥ ਲਾਇਆ ਏ ਦਿਨ ਆਸ਼੍ਰੀਪ ਸਾਹਿਬ ਤੁਹਾਡੀ ਹਾਲਤ ਹੈ ਨੂਨ ਲੀਗ ਜਿਹੜੀ ਹੈ ਨਾ ਤੁਹਾਨੂੰ ਕੋ ਗਲਤਫਹਮੀ ਹੋ ਗਈ ਮਾਫਰਤਾ ਇਹ ਨੂਨ ਲੀਗ ਤੁਹਾਨੂੰ ਸਪੈਸ਼ਲ ਪਰਸਨ ਦੇ ਤੌਰ ਤੇ ਟ੍ਰੀਟ ਕਰਦੀ ਹੈ ਜਿਵੇਂ ਕਿਸੇ ਮਾਜ਼ੂਰ ਬੰਦੇ ਨੂੰ ਟ੍ਰੀਟ ਕਰਦੇ ਜ਼ਰਾ ਹੈਲੋ ਲਗਿਆ ਹੋਵੇ ਥੋੜਾ ਜਿਆ ਕਦੇ ਤੁਸੀਂ ਵੇਖਿਆ ਨਹੀਂ ਐ ਇੱਕ ਦਿਨ ਜੀਓ ਦੇ ਸਾਥ ਇਹ ਇਧਰ ਉਧਰ ਇਹੋ ਜੇ ਪ੍ਰੋਗਰਾਮਾਂ ਦੇ ਵਿੱਚ ਜਾਂ ਅਖਬਾਰਾਂ ਤੇ ਕਿ ਪੁਲਿਸ ਦੇ ਆਈਜੀ ਨੇ ਜਿਹੜਾ ਇੱਕ ਬੰਦਾ ਜਿਹੜਾ ਮਜ਼ਦੂਰ ਸੀ ਉਹਨੂੰ ਇੱਕ ਦਿਨ ਆਸਤੇ ਆਈਜੀ ਬਣਾ ਦਿੱਤਾ ਇੱਕ ਦਿਨ ਆਸਤੇ ਇਹ ਬਣਾ ਦਿੱਤਾ ਇਹ ਇੰਜ ਤੁਹਾਨੂੰ ਇੱਕ ਦਿਨ ਆਸਤੇ ਕਦੀ ਇਹ ਸਦਰ ਬਣਾ ਦਿੰਦੇ ਨੇ ਨੂਨ ਲੀਗ ਦਾ ਕਦੀ ਕੁਝ ਬਣਾ ਦਿੰਦੇ ਨੇ ਉਸ ਜਵੇਦ ਸਾਹਿਬ ਦੀ ਗੱਲ ਚੇਤੇ ਕਰੋ ਨਾ ਮੈਂ ਆਖੀ ਤੇ ਗੁੱਸਾ ਕਰ ਜਾਣਾ ਉਹਨਾਂ ਆਖਿਆ ਵੀ ਮੰਗਣ ਵਾਲੀ ਰੇੜੀ ਤੇ ਤੁਹਾਨੂੰ ਨੂਨ ਲੀਗ ਵਾਲਿਆਂ ਨੇ ਪਾਇਆ ਤੇ ਤੁਹਾਨੂੰ ਵਖਾਫ ਵਖਾ ਕੇ ਹਰਥਾਂ ਤੇ ਮੰਗਦੇ ਫਿਰਦੇ ਨੇ ਤੇ ਮੀਆਂ ਜਾਬ ਤੁਹਾਡੀ ਪੋਜੀਸ਼ਨ ਨਾ ਉਹ ਇਹ ਜਿਹੜੀ ਨਸਰ ਜਵੇਦ ਸਾਹਿਬ ਆ ਗਿਆ ਸੀ ਵੀ ਤੁਸੀਂ ਉਸ ਰੇੜੀ ਤੇ ਪਾਇਆ ਨੂਨ ਵਾਲਿਆਂ ਨੇ ਬਾਜੀ ਸਾਡੀ ਨੇ ਤੇ ਤੁਹਾਨੂੰ ਵਖਾ ਵਖਾ ਕੇ ਮੰਗਦੀ ਫਿਰਦੀ ਤੁਸੀਂ ਸੀਰੀਅਸ ਹੋ ਜਾਂਦੇ ਹੋ ਸਦਰ ਵੀ ਬਣ ਜਾਂਦੇ ਹੋ ਔਰ ਤੁਸੀਂ ਸੀਰੀਅਸ ਡਿਬੇਟ ਵੀ ਕਰਦੇ ਹੋ ਤੇ ਸੀਰੀਅਸ ਗੱਲਾਂ ਵੀ ਕਰਦੇ ਹੋ ਆਪਣੇ ਆਪ ਨੂੰ ਜ਼ਿਆਦਾ ਸੀਰੀਅਸ ਲੈ ਗਏ ਹੋ ਹੁਣ ਜਨਾਬ ਫਿਲਮ ਦੇ ਵਿੱਚ ਤੁਹਾਡਾ ਰੋਲ ਜਿਹੜਾ ਨਾ ਜਿਵੇਂ ਉਹ ਫਿਲਮ ਦੇ ਵਿੱਚ ਤੁਹਾਨੂੰ ਤੁਸੀਂ ਵੇਖਿਆ ਵੀ ਬੜਾ ਕੋ ਤਕੜਾ ਬਹੁਤ ਵੱਡਾ ਠਾਕਰ ਹੋਵੇ ਤੇ ਉਹਦੀ ਹਵੇਲੀ ਹੋਵੇ ਤੇ ਸਭ ਕੁਝ ਹੋਵੇ ਹੁਣ ਰਾਈਟਰ ਦੇ ਉੱਤੇ ਹੈ ਨਾ ਉਵੈਸੇ ਤੇ ਠਾਕਰ ਦੀ ਹਵੇਲੀ ਤੇ ਬੜਾ ਸਭ ਕੁਝ ਮੁਕਦਿਆ ਮੁਕਦਿਆ ਵਿੱਚ ਟਾਈਮ ਲੱਗਦਾ ਉਹ ਦਿਲ ਕਰੇ ਰਾਈਟਰ ਦਾ ਤੇ ਆਂਦਾ ਵੀ ਗਏ ਠਾਕਰ ਸਾਹਿਬ ਤੇ ਬਸੰਤੀ ਨੂੰ ਨਾਲ ਲੈ ਗਏ ਉੱਥੇ ਜੂਆ ਖੇਡਿਆ ਤੇ ਜਨਾਬ ਹਵੇਲੀ ਵੀ ਗਈ ਤੇ ਸਭ ਕੁਝ ਅਗਲੇ ਸੀਨ ਚ ਇੱਕੋ ਸਕਿੰਟ ਦੇ ਵਿੱਚ ਠਾਕਰ ਸਾਹਿਬ ਜਿਹੜੇ ਨੇ ਉਹ ਪਾਰਟੀ ਹੋਈ ਚਾਦਰ ਦੇ ਨਾਲ ਹਵੇਲੀ ਦੇ ਬਾਹਰ ਖਲੋਤੇ ਜਨਾਬ ਹਵੇਲੀ ਦੇ ਹਵੇਲੀ ਦਾ ਜਿਹੜਾ ਗੇਟ ਹੈ ਉਹ ਤੇ ਟਾਕੀ ਮਾਰਨ ਡਏ ਹੁੰਦੇ ਨੇ ਇਹ ਜਨਾਬ ਤੁਹਾਡੇ ਨਾਲ ਵੀ ਚੌਧਰੀ ਨਿਜ਼ਾਮਦੀਨ ਇਸ ਫਿਲਮ ਦਾ ਰਾਈਟਰ ਹੈ ਜਿਹਦੇ ਜਿਹਦੇ ਤੁਸੀਂ ਕੰਮ ਕਰ ਰਹੇ ਹੋ ਨਾ ਉਸ ਫਿਲਮ ਦਾ ਰਾਈਟਰ ਚੌਧਰੀ ਨਿਜ਼ਾਮਦੀਨ ਹੈ ਐਜ਼ ਹੈ ਸਾਡੇ ਆਰਮੀ ਚੀਫ ਸਾਹਿਬ ਨੇ ਉਹਨਾ ਜਿਹੜਾ ਜਨਾਬ ਦਾ ਇਸ ਵੇਲੇ ਕਰੈਕਟਰ ਲਿਖਿਆ ਨਾ ਇਸ ਫਿਲਮ ਦੇ ਵਿੱਚ ਉਹ ਉਹਨਾ ਉਹ ਤੁਸੀਂ ਠਾਕਰ ਹੁੰਦੇ ਸੋ ਫਿਲਮ 'ਚ ਹੋਣ ਨਹੀਂ ਉਹ ਕੰਮ ਮੁੱਕ ਗਿਆ ਤੁਸੀਂ ਉਹ 'ਚੋਂ ਨਿਕਲਦੇ ਹੀ ਨਹੀਂ ਔਰ ਤੁਹਾਨੂੰ ਮੈਂ ਦੱਸਾਂ ਭੀ ਜਦੋਂ ਜਿਹੜਾ ਡਾਇਰੈਕਟਰ ਉਹ ਤੁਹਾਡਾ ਕੈਰੈਕਟਰ ਬਦਲਦਾ ਹੈ ਨਾ ਔਰ ਤੁਸੀਂ ਨਵੇਂ ਕੈਰੈਕਟਰ ਨੂੰ ਅਪਣਾਓ ਨਾ ਪੁਰਾਣਾ ਮਤਲਬ ਠਾਕਰ ਬਣ ਕੇ ਟਾਕੀ ਮਾਰੋਗੇ ਨਾ ਤਾਂ ਉਹਨੇ ਤੁਹਾਨੂੰ ਫਿਲਮ ਚੋਂ ਕੱਢ ਦੇਣਾ ਮਸਲੇ ਬਣ ਜਾਣੇ ਉਹ ਚੁੱਪ ਕਰਕੇ ਬੰਦੇ ਬਣ ਕੇ ਟਾਕੀ ਮਾਰੋ ਜਿਸ ਕੰਮ ਤੇ ਲਾਇਆ ਤੁਹਾਨੂੰ ਹੁਣ ਠਾਕਰ ਨਹੀਂ ਤੁਸੀਂ ਅਜਿਹੀਆਂ ਗੱਲਾਂ ਨਾ ਕਰਿਆ ਕਰੋ ਅੱਛਾ ਜੀ ਅਗਲੀ ਖਬਰ ਇਹਦੇ ਨਾਲ ਹੀ ਜੁੜੀ ਹੈ اسلامਬਾਦ ਪੁਲਿਸ ਨੇ ਬਕਾਰੀਆਂ ਦੇ ਉੱਤੇ ਜਿਹੜੇ ਮੰਗਣ ਵਾਲੇ ਨੇ ਉਹਨਾਂ ਤੇ ਐਕਸ਼ਨ ਲੈਣ ਦਾ ਫੈਸਲਾ ਕਰਤਾ ਉਹ ਤੁਹਾਡੀ ਖੈਰ ਹੋ ਗਈ ਬਚੋ ਬਈ ਏ ਹੁਣ ਕਿਤੇ ਨ ਸ਼ਬਾਸ਼ ਸ਼ਰੀਫ ਸਾਹਿਬ ਨੂੰ ਨਾ ਗ੍ਰਿਫਤਾਰ ਕਰ ਲੈਣ ਨਾਲ ਬਾਜੀ ਮੇਰੀ ਵੀ ਮਰੀ ਗਈ ਹੈ ਇਜ਼ਲਾਮਬਾਦ ਦੇ ਵਿੱਚੋਂ ਨੰਨ ਕੇ ਜਾਣਾ ਹੈ ਇਹ ਇਸਲਾਮਬਾਦ ਪੁਲਿਸ ਵਾਲੇ ਬੜੇ ਖਤਰਨਾਕ ਨੇ ਵੇਖੋ ਇਹਨਾਂ ਚੋਰੀ ਨizamdin ਦੇ ਕਹਿਣ ਤੇ ਡਰਾਉਣ ਵਾਸਤੇ ਕਿਹੜੇ ਵੇਲੇ ਖਬਰ ਕੱਢੀ ਹੈ ਕਿ ਇਸਲਾਮਬਾਦ ਪੁਲਿਸ ਨੇ ਬਕਾਰੀ ਆਪਰੇਸ਼ਨ ਸ਼ੁਰੂ ਕਰਤਾ ਹੈ ਮੰਗਣ ਵਾਲਿਆਂ ਨੂੰ ਪੜਨਾ ਹੁਣ ਇੱਕ ਤੇ ਉਹ ਭਾਈ ਮੰਗਣ ਗਿਆ ਚਾਇਨਾ ਉਹਨੂੰ ਫੜਨ ਗਿਆ ਆਉਂਦੇ ਆਂ ਇੱਕ ਬਾਜੀ ਮੇਰੀ ਜਿਹੜੀ ਉਹ ਵੀ ਮੈਂ ਤੁਹਾਨੂੰ ਦੱਸਿਆ ਹੀ ਮੀਆਂ ਸਾਹਿਬ ਨੂੰ ਲੈ ਕੇ ਮੰਗਦੀ ਫਿਰਦੀ ਹੈ ਇਹ ਵੇਖਿਓ ਬਈ ਸ਼ਰੀਫ ਖਾਨਦਾਨ ਬੱਚੇ ਜ਼ਰਾ ਕਿਤੇ ਫੜੇ ਨਾ ਜਾਣ ਅੱਛਾ ਜੀ ਰੌਫ ਕਲਾਸਰਾ ਸਾਹਿਬ ਤੁਹਾਨੂੰ ਪਤਾ ਹੈ ਕਿ ਸਾਡੇ ਦੋਸ ਵੀ ਨੇ ਤੇ ਬੜੇ ਮੰਨੇ ਪਰਮੰਨੇ ਉਹ ਤੁਹਾਨੂੰ ਪਤਾ ਬੜੇ ਸਕਾਲਰ ਨੇ ਤੇ ਉਹ ਇੰਨੇ ਵੱਡੇ ਸਕਾਲਰ ਨੇ ਕਿ ਕਈ ਵਾਰੀ ਆਪਣੇ ਹੀ ਖਲਾਰ ਦੇ ਵਿੱਚ ਹੀ ਆ ਕੇ ਨਾ ਮਤਲਬ ਗੁੰਝਲ ਪਾ ਲੈਂਦੇ ਨੇ ਉਹ ਜਿਵੇਂ ਮੇਰਾ ਮਤਲਬ ਬੰਦਾ ਆਪੇ ਆਪਣੀਆਂ ਕਈ ਵਾਰੀ ਲੱਤਾਂ ਦੀ ਕਢਿੰਗੀ ਪਾ ਕੇ ਗੁੰਝਲ ਪਾ ਕੇ ਤੇ ਡਿੱਗ ਪੈਂਦੇ ਨੇ ਉਹਨਾਂ ਦੀ ਸਮਝ ਇੰਨੀ ਵਸੀਹ ਹੈ ਐਡੇ ਵੱਡੇ ਮੁਫੱਕਰ ਨੇ ਤੋ ਕਈ ਵਾਰੀ ਆਪਣੀ ਗੱਲ ਦੀ ਗੁੰਝਲ ਪਾ ਕੇ ਤੇ ਉਹਦੇ ਵਿੱਚ ਜਾ ਡਿੱਗਦੇ ਨੇ ਤੇ ਫਿਰ ਸਮਝ ਨਹੀਂ ਆਉਂਦੀ ਕਿ ਹੁਣ ਜਾਵਾਂ ਕਿਹੜੇ ਪਾਸੇ ਨੂੰ ਸਿਆਣੇ ਜੀ ਬਹੁਤੇ ਨੇ ਉਨਾ ਇੱਕ ਵਾਕਿਆ ਸੁਣਾਇਆ ਉਹਨਾਂ ਗਰਮੀ ਦਾ ਸੋਰਸ ਦੱਸਿਆ ਤੁਹਾਨੂੰ ਵੀ ਅੱਜਕੱਲ ਬੜੀ ਗਰਮੀ ਲੱਗਦੀ ਹੋਣੀ ਮੈਂ ਕਿਹਾ ਦੱਸ ਦਿਆਂ ਰੌਫ ਕਲਾਸ ਰਾ ਸਾਹਿਬ ਦੀ ਅਕਲ ਤੁਹਾਨੂੰ ਵੀ ਦੇ ਦਿਆਂ ਉਹਨਾਂ ਕਿਹਾ ਵੀ ਸਾਡੀ ਇੱਕ ਰਿਸ਼ਤੇਦਾਰ ਆਈ ਸੀ ਤੇ ਉਹਨੇ ਦੱਸਿਆ ਵੀ ਇਹ ਗਰਮੀ ਦਾ ਜਿਹੜੀ ਵਜ੍ਹਾ ਹੈ ਨਾ ਜ਼ਿਆਦਾ ਹੈ ਸੋਲਰ ਪਲੇਟਾਂ ਨੇ ਇਹ ਹਰ ਥਾਂ ਤੇ ਸੋਲਰ ਪਲੇਟਾਂ ਲਾਈਆਂ ਨੇ ਤੇ ਇਹ ਸੂਰਜ ਨੂੰ ਆਪਣੇ ਵੱਲ ਨੂੰ ਖਿੱਚਦੀਆਂ ਨੇ ਤੇ ਉਹਦੀ ਉਹਦੀ ਜਿਹੜੀ ਸਾਰੀ ਹੀਟ ਆਪਣੇ ਅੰਦਰ ਲੈਂਦੀਆਂ ਨੇ ਇਸ ਵਜ੍ਹਾ ਤੋਂ ਗਰਮੀ ਵਧੀ ਹੈ ਜਿਹੜੀ ਥਾਂ-ਥਾਂ ਤੇ ਸੋਲਰ ਪਲੇਟਾਂ ਲੱਗੀਆਂ ਨੇ ਇੱਥੇ ਹੁਣ ਮੈਂ ਗਾਂ ਤਜਦੀਆਂ ਨਹੀਂ ਕਰਦਾ ਇੰਨੀ ਕੀ ਗੱਲ ਕਰਨਾ ਤੇ ਗਾਂ ਤੁਸੀਂ ਜਾਣੋ ਤੇ ਕਲਾਸਰਾ ਸਾਹਿਬ ਜਾਣਨ ਅੱਛਾ ਜੀ ਅਗਲੀ ਖਬਰ ਇਹ ਹੈ ਕਿ ਧੂਆਂ ਧੂਆਂ ਤੇ ਆਪਣਾ ਸੁਹੇਲ ਬੜੈਜ ਸਾਹਿਬ ਇਹ ਤੁਸੀਂ ਸੋ ਵੀ ਦਿਓ ਵੀ ਧੂਆਂ ਦਾ ਸੁਹੇਲ ਬੜੈ ਉਹ ਧੂਏ ਜੀ ਕੰਮ ਪਾਉਂਦੇ ਨੇ ਵੈਸੇ ਜਿਹੜਾ ਕੰਮ ਵੀ ਸੁਹੇਲ ਬੜੈਜ ਸਾਹਿਬ ਪਾਉਂਦੇ ਨੇ ਧੂਏ ਜੀ ਪਾਉਂਦੇ ਨੇ ਉਹਨਾਂ ਜnabla ਨਵਾਂ ਇੱਕ ਕਾਲਮ ਲਿਖਿਆ ਉਹਨਾਂ ਕਿ ਧੂਆਂ ਕਹੀਂ ਸੇ ਉੱਠ ਰਹਾ ਹੈ ਕਹੀਂ ਸੇ ਤਾਂ ਉੱਠ ਰਹਾ ਹੈ ਇਹ ਧੂਆਂ ਉੱਠਣਾ ਬੰਦ ਨਹੀਂ ਹੋ ਰਿਹਾ لیکن انہوں نے ਉਹਦੇ ਵਿੱਚ ਇੱਕ ਤੇ ਆرمی چیف صاحب ਨੂੰ ਕਿਹਾ ਕਿ جناب ਪਹਿਲਾਂ ਤੁਸੀਂ ਨਾ ਪਹਿਲੇ ਆਰਮੀ چیف ਜਿਹੜੇ ਸਨ ਉਹ ਐਡੀਟਰਸ ਦੇ ਨਾਲ ਸੀਨੀਅਰ ਰਿਪੋਰਟਰਸ ਦੇ ਨਾਲ ਮਿਲਦੇ ਹੁੰਦੇ ਸਨ ਬੈਠਕ ਕਰਦੇ ਹੁੰਦੇ ਸਨ ਮਜੂਰ ਦੱਸਦੇ ਹੁੰਦੇ ਸਨ ਕਿ ਮਿਲਟਰੀ ਲੀਡਰਸ਼ਿਪ ਕੀ ਸੋਚਦੀ ਹੈ ਅੱਜਕੱਲ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਰਨਾ ਚਾਹੁੰਦੇ ਨੇ ਜਿਹੜੇ ਮੌਜੂਦਾ ਆਰਮੀ چیਫ ਨੇ ਉਹਨਾਂ ਕਹਾ ਮਿਲਦੇ ਹੀ ਨਹੀਂ ਇਥੇ ਸ਼ਾਇਰ ਇੱਕ ਤੇ ਉਹਨਾਂ ਨਾਲ ਮਿਲਣਾ ਚਾਹੁੰਦਾ ਵੀ ਮੈਨੂੰ ਸਦੋ ਕੋਈ ਰੋਟੀ ਟੁੱਕਰ ਖਵਾਓ ਭਾ ਭਾ ਸਾਡਾ ਜਿਹੜਾ ਹੈ ਨਾ ਘਰੋਂ ਰੋਟੀ ਖਾ ਗਾ ਕੇ ਮੇਰੇ ਖਲ ਪਰਜਾਈ ਵੀ ਅੱਕ ਗਈ ਘਰ ਵਾਲੇ ਵੀ ਆ ਗਏ ਨੇ ਐਡਾ ਲੰਬਾ ਚੌੜਾ ਓਜਰ ਤੇ ਲੰਗਰ ਮੈਨੂੰ ਦੱਸੋ ਸਾਡੇ ਭਰਾ ਨੂੰ ਕੌਣ ਦੇਵੇ ਉਹ ਹੁਣ ਚਾਰ ਦਿਨ ਸਿਆਸਤਦਾਨਾਂ ਦੇ ਅੱਜਕੱਲ ਵੈਸੇ ਹੀ ਹਾਲਾਤ ਤੁਹਾਨੂੰ ਪਤਾ ਜਿਹੜੇ ਹੈ ਨੇ ਤੇ ਉਹ ਮੇਰੇ ਖਲ ਸਾਡੇ ਦੋਸਤ ਬੜੈਜ ਸਾਹਿਬ ਚਾਹੁੰਦੇ ਨੇ ਵੀ ਹੁਣ ਆਰਮੀ ਚੀਫ ਸਾਹਿਬ ਜ਼ਰਾ ਲੰਗਰ ਪਾਣੀ ਦਾ ਇੰਤਜ਼ਾਮ ਕਰਨ ਮਿਲੋ ਜੀ ਇਹਨਾਂ ਨੂੰ ਦੱਸੋ ਇਹਨਾਂ ਨੂੰ ਚਾਹੁੰਦੇ ਕੀ ਜੇ ਤੁਸੀਂ ਪਰ ਹੁਣ ਰੋਲਾ ਦੂਜੇ ਉਹ ਇਹਨਾਂ ਨੂੰ ਮਿਲ ਕੇ ਕੀ ਦੱਸਣ ਦੱਸੋ ਹੁਣ ਦਫਾਈ ਜਿਹੜੇ ਮਾਮਲੇ ਆਦ ਨੇ ਉਹਦੇ ਵਿੱਚ ਤੇ ਅੱਜ ਕੱਲ ਨਾ ਬਹੁਤੀ ਤਵੱਜੋ ਬੜੈ ਸਾਹਿਬ ਦੀ ਹੈ ਤੇ ਨਾ ਹੀ ਆਰਮੀ ਚੀਫ ਸਾਹਿਬ ਦੀ ਹੈ ਮੁਸੀਫਤ ਹੈ ਆਰਮੀ ਚੀਫ ਸਾਹਿਬ ਦੀ ਵੀ ਸਾਰੀ ਤਵੱਜੋ ਸਿਆਸਤ ਤੇ ਉਹ ਵੀ ਤਾਂ ਸਿਆਸਤ ਹੀ ਕਰਨ ਡਾਇ ਹੈ ਨਾ ਐਸ ਵੇਲੇ ਥੈਲ ਕਾਉਂਸਲਰ ਲੈਵਲ ਤੋਂ ਲੈ ਕੇ ਤੇ ਵਜ਼ੀਰ ਆਜ਼ਮ ਲੈਵਲ ਤੱਕ ਦੇ ਸਾਰੇ ਲੈਵਲ 'ਤੇ ਉਹਨਾਂ ਨੇ ਸਾਰੇ ਮੇਰਾ ਮਤਲਬ ਸਾਹਮ ਕੇ ਉਹਨਾਂ ਦੇ ਜਿਹੜੇ 5-7 ਬੰਦੇ ਨੇ ਉਹਨਾਂ ਨੇ ਚਲਾਉਣੇ ਨੇ ਇਹਨਾਂ ਹਾਲਾਤ ਦੇ ਵਿੱਚ ਉਹ ਦੱਸੋ ਇਹਨਾਂ ਨੂੰ ਕੀ ਦੱਸਣ एसआईएफसी ਚ ਉਹਨਾਂ ਨੇ ਆਖਿਆ ਸੀ ਵੀ ਮਾਲ ਪਾਣੀ ਆਏਗਾ ਕੋਈ ਇਨਵੈਸਟਮੈਂਟ ਆਏਗੀ ਉਹ ਵੀ ਕੋਈ ਨਾ ਆਇਆ ਹੁਣ ਉਹ ਦੱਸਣ ਤੇ ਕੀ ਦੱਸਣ ਆਰਮੀ ਚੀਫ ਸਾਹਿਬ ਇਹਨਾਂ ਨੂੰ ਉਹਨਾਂ ਕੋਲ ਦੱਸਣ ਨੂੰ ਕੋਈ ਗੱਲ ਨਹੀਂ ਹੈਗੀ ਦੂਜੇ ਪਾਸੇ ਉਹ ਜੱਜ ਖੜੇ ਹੋ ਗਏ ਨੇ ਤੇ ਇਹ ਸਾਰੇ ਮਾਮਲੇ 'ਚ ਉਹ ਫਿਰ ਇਹਨਾਂ ਨਾਲ ਗੱਲਬਾਤ ਨਹੀਂ ਕਰ ਰਹੇ ਤੇ ਇਹ ਵੀ ਪਰੇਸ਼ਾਨ ਨੇ ਲੇਕਿਨ ਇਹਨਾਂ ਆਖਿਆ ਵੀ ਚਲੋ ਕਾਲਮ ਲਿਖਣਾ ਸਾਰਾ ਤੇ ਤਾਰੀਫਾਂ ਤੇ ਨਹੀਂ ਲਿਖਿਆ ਜਾ ਸਕਦਾ ਜਾਂਦੇ ਜਾਂਦੇ ਇਮਰਾਨ ਖਾਨ ਨੂੰ ਵੀ ਠੋਕਦੇ ਹੋ ਤਾਂ ਇਹਨਾਂ ਗਿਆ ਜੀ ਇਹ ਧੂਆਂ ਉੱਠਣ ਦੀ ਇੱਕ ਵਜ੍ਹਾ ਹੋਰ ਵੀ ਹੈ ਇੱਕ ਤਾਂ ਆਰਮੀ ਚੀਫ ਨਹੀਂ ਰਲ ਕੇ ਮਿਲ ਕੇ ਦੱਸ ਰਹੇ ਲੋਕਾਂ ਨੂੰ ਐਡੀਟਰਾਂ ਨੂੰ اور ਦੂਜਾ ਨੂਨ ਲੀਗ ਵਾਲੇ ਵੀ ਆਪਣੇ ਚੰਗੇ ਕਾਰਨਾਮੇ ਨਹੀਂ ਦੱਸ ਰਹੇ ਨੂਨ ਲੀਗ ਵਾਲੇ ਆਪਣੇ ਚੰਗੇ ਕਾਰਨਾਮੇ ਨਹੀਂ ਦੱਸ ਰਹੇ ਅਗਰ ਦੱਸਣ ਤੇ ਫਿਰ ਮੀਡੀਆ ਦੇ ਵਿੱਚ ਅਫਵਾਹ ਝੂਠੀਆਂ ਖਬਰਾਂ ਨਾ ਜਾਣ ਉਹਨਾਂ ਕਹੇ ਇਮਰਾਨ ਖਾਨ ਜਿਹੜਾ ਨਾ ਉਹ ਬੜਾ ਖਤਰਨਾਕ ਸੀ ਉਹ ਸਵੇਰੇ ਸਵੇਰੇ ਪਹਿਲੀ ਮੀਟਿੰਗ ਜਿਹੜੀ ਉਹ ਮੀਡੀਆ ਦੀ ਕਰਦਾ ਸੀ ਤੇ ਗਾਲਾਂ ਕੱਢਣ ਵਾਲਿਆਂ ਨੂੰ ਐਪਰੀਸ਼ੀਏਟ ਕਰਦਾ ਸੀ ਤੇ ਮੀਡੀਆ ਦੇ ਉੱਤੇ ਚੜ੍ਹਾਈ ਰੱਖਦਾ ਸੀ ਤੇ ਹਰ ਚੀਜ਼ ਕਬਜ਼ੇ 'ਚ ਰੱਖਦਾ ਸੀ ਵਾਹ ਬਈ ਵਾਹ ਮੇਰੇ ਆ ਭਰਾਵਾ ਸ਼ੇਰ ਬਗਿਆ ਮਤਲਬ ਬਦਿਆਨਤੀ ਵੀ ਮੇਰਾ ਭਰਾ ਆਪਣੇ ਉਹ ਜਰ ਤਰ੍ਹਾਂ ਲੰਮੀ ਚੌੜੀ ਕਰਦਾ ਗੁੱਸਾ ਨਾ ਕਰਨ ਮੈਂ ਤੋਂ ਐਸੀ ਗੱਲ ਕੀਤੀ ਹੈ ਮਤਲਬ ਕਹਿਣ ਦਾ ਹੈ ਕਿ ਇਮਰਾਨ ਖਾਨ ਨੇ ਤੇ ਆਪਣੇ ਜ਼ਮਾਨੇ جناب ਕਿਸੇ ਉਹਦੇ ਜ਼ਮਾਨੇ 'ਚ ਕੋਈ ਸਾਫੀ ਸ਼ਹੀਦ ਨਹੀਂ ਸੀ ਉਹ ਯਾਰ ਸ਼ੇ ਸ਼ਰੀਫ ਤਰ੍ਹਾਂ ਮਤੀਉਲਾ ਜਾਨ ਚੁਕਿਆ ਗਿਆ ਸੀ ਮੈਂ ਆਪ ਸਾਹਮਣੇ ਕਿ ਇਮਰਾਨ ਖਾਨ ਸਾਹਿਬ ਨੇ ਛਡਵਾਇਆ ਉਹ ਅਲੱਗ ਗੱਲ ਹੈ ਮਤੀਉਲਾ ਜਾਨ ਸਾਹਿਬ ਨਹੀਂ ਮੰਨਦੇ ਗਲਤ ਕੀਤਾ ਸੀ ਉਸ ਵੇਲੇ ਵੀ ਏਜੰਸੀਆਂ ਨੇ ਚੁੱਕ ਕੇ ਲੇਕਿਨ ਜਿਹੜੇ ਵੀ ਬੰਦੇ ਨਾਲ ਜੋ ਕੁਝ ਵੀ ਹੋਇਆ ਇਮਰਾਨ ਖਾਨ ਨੇ ਉਸੇ ਵੇਲੇ ਉਸਤੇ ਐਕਸ਼ਨ ਲਿਆ ਕਿਸੇ ਨਾਲ ਕੋਈ ਕੋਈ ਚੈਨਲ ਬੰਦ ਨਹੀਂ ਹੋਇਆ ਕਿਸੇ ਨਾਲ ਕੋਈ ਧੱਕਾ ਨਹੀਂ ਹੋਇਆ ਹੁਣ ਤੇ ਵੇਖੋ ਇਹ ਬੋਲ ਨਿਊਜ਼ ਵਾਲੇ ਦੇ ਕੋਲੋਂ ਦਾ ਚੈਨਲ ਹੀ ਖੋ ਲਿਆ ਗਿਆ ਚੈਨਲਾਂ ਦੇ ਚੈਨਲ ਬੰਦ ਸਹਾਵੀ ਮੁਲਕ ਬਦਰ ਬੁਰੇ ਹਾਲ ਪਰ ਸੁਹੇਲ ਬੜਾਈ ਸਾਹਿਬ ਨੂੰ ਇਮਰਾਨ ਖਾਨ ਜਿਹੜਾ ਹੈ ਨਾ ਉਹ ਬਹੁਤਾ ਬੁਰਾ ਲੱਗਦਾ ਸੀ ਚੰਗਾ ਯਾ ਮੈਨੂੰ ਲੱਗਦਾ ਹੈ ਵੀ ਉਹ ਜਰ ਖਾਲੀ ਹੈ ਰੋਟੀ ਟੁੱਕਰ ਨਹੀਂ ਲੱਭ ਰਿਆ ਭਰਾ ਸਾਡੇ ਨੂੰ ਇਸ ਲਈ ਤਜੀਏ ਵੀ ਪੁੱਠੇ ਸਿੱਧੇ ਹੋਣ ਦੇ ਨੇ ਅੱਜ ਕੱਲ੍ਹ ਹੋਰ ਗ ਅੱਛਾ ਜੀ ਅਗਲੀ ਖਬਰ ਜਿਹੜੀ ਹੈ ਉਹ ਉਹ ਵੀ ਬੜੀ ਖਤਰਨਾਕ ਹੈ 8000 ਕੁੱਤਿਆਂ ਨੇ ਵੱਢ ਦਿੱਤਾ ਇਨਸਾਨਾਂ ਨੂੰ ਉਹ ਤੁਹਾਡੀ ਖੈਰ ਹੋ ਗਈ ਜੀ ਇਹ ਤੇ ਮੇਰਾ ਮਤਲਬ ਹੈ ਕਿ ਮੀਡੀਆ ਵਾਲਾ ਹੀ ਹਾਲ ਹੋਇਆ ਖੜਾ ਐਸ ਵੇਲੇ ਜਿੰਨਾ ਮਿੰ ਜਿੰਨੀਆਂ ਇਹ ਹੁਣ ਮੈਂ ਕਿਸੇ ਨੂੰ ਅੱਲਾ ਮਾਫ ਕਰੇ ਮੀਡੀਆ ਚ ਕੁੱਤਾ ਨਹੀਂ ਆਖਣ ਡਿਆ ਮੇਰੇ ਮਗਰ ਪੈ ਜੋਗੇ ਮੈਂ ਕਹਿਣ ਡਿਆ ਵੀ ਜਿੰਨੀਆਂ ਝੂਠੀਆਂ ਖਬਰਾਂ ਲਫਾਫੇ ਛੱਡਦੇ ਨੇ ਉਹ ਵੀ 8000 ਹੀ ਛੱਡਦੇ ਛੱਡਦੇ ਨੇ ਹਫਤੇ ਚ ਤੇ ਇਹ ਵੀ ਜਨਾਬ ਇਹ ਵੀ ਓਨੇ ਕ ਦਿਨਾਂ ਦੇ ਵਿੱਚ ਹੀ 8000 ਬੰਦਿਆਂ ਨੂੰ ਕੁੱਤਿਆਂ ਵੱਢ ਲਿਆ ਤੇ ਇਹ ਬੜੀ ਖਤਰਨਾਕ ਹੈ ਜੀ ਇਹਦੀ ਇਹਦੀ ਕੋਈ ਵੈਕਸੀਨ ਦਾ ਵੀ ਬੰਦੋਬਸਤ ਉਮੀਦ ਹੈ ਹੋਏਗਾ ਔਰ ਇਹਦੇ ਉੱਤੇ ਵੀ ਕੋਈ ਨਾ ਕੋ ਰੌਸ਼ਨੀ ਹੋਏਗੀ ਇਹ ਖਬਰ ਮੈਂ ਕੋਲੋਂ ਨਹੀਂ ਬਣਾ ਰਿਹਾ ਇਹ ਵੀ ਖਬਰ ਅਖਬਾਰ ਦੇ ਵਿੱਚ ਆਈ ਕਿ ਜੀ 8000 ਕੁੱਤੇ ਕੁੱਤਿਆਂ ਨੇ ਵੱਢਿਆ ਤੇ ਬਚ ਗਏ ਜੀ ਆਪਣੇ ਕੋਲ ਕੋਈ ਛੋਟੀ ਛੋਟੀ ਰੱਖਿਆ ਕਰੋ ਕੋਈ ਕੁੱਤਾ ਛੁੱਤਾ ਪਵੇ ਤੁਹਾਨੂੰ ਤੇ जरा ਥੋੜਾ ਜਿਹਾ ਧਿਆਨ ਦੇ ਨਾਲ ਥੋੜਾ ਖਿਆਲ ਕਰਕੇ ਅੱਛਾ ਜੀ ਅਗਲੀ ਖਬਰ ਇਹ ਹੈ ਕਿ ਵਨ ਡਿਸ਼ ਮਰੀਮ ਸਾਹਿਬਾ ਨੇ ਆਖਿਆ ਹੈ ਕਿ ਜੀ ਵਨ ਡਿਸ਼ ਜਿਹੜਾ ਹੈ ਨਾ ਉਹ ਪੰਜਾਬ ਦੇ ਵਿੱਚ ਵਨ ਡੇਸ਼ ਦਾ ਸੰਬੰਧ ਬੱਸ ਕਰਨਾ ਹੈ ਤੇ ਅਜ਼ਮਾ ਬੁਖਾਰੀ ਸਾਹਿਬਾ ਨੇ ਕਿਹਾ ਕਿ ਨਮਾਇਸ਼ ਹੈ ਇਹਦੇ ਨਾਲ ਬੜੀ ਸਮਾਜੀ ਖਰਾਬੀਆਂ ਨੇ معاشਰਾ ਖਰਾਬ ਹੁੰਦਾ ਹੈ ਗਰੀਬ ਲਈ ਜ਼ਿੰਦਗੀ ਤੰਗ ਹੁੰਦੀ ਹੈ ਵਨ ਡੇਸ਼ ਹੋਣੀ ਚਾਹੀਦੀ ਸ਼ਾਦੀਆਂ ਤੇ ਤਾਂ ਕਿ ਗਰੀਬ ਜਿਹੜਾ ਉਹ ਆਰਾਮ ਨਾਲ ਆਸਾਨੀ ਨਾਲ ਵਿਆਹ ਕਰ ਸਕੇ ਜੀ ਕੋਈ ਸ਼ੱਕ ਨਹੀਂ ਜੀ ਗਰੀਬ ਨੂੰ ਤੇ ਪਸਾ ਦਿੱਤਾ ਵਨ ਡੇਸ਼ ਹੋਣੀ ਚਾਹੀਦੀ ਹੈ ਇਹ ਜਹਿਜ਼ ਦੀ ਲਾਹਨਤ ਤੋਂ ਵੀ ਜਾਨ ਚੁੱਟਣੀ ਚਾਹੀਦੀ ਹੈ ਪਰ ਗੱਲ ਇਹ ਹੈ ਵੀ ਤੁਸੀਂ ਪਹਿਲੇ ਆਪਣਾ ਕਿਰਦਾਰ ਤੇ ਵੇਖੋ ਇਹ ਹੋਣੀ ਬਾਜੀ ਸਾਡੀ ਨੇ ਸਾਡੇ ਭਨੇਵੇਂ ਤੁਹਾਨੂੰ ਚੇਤਾ ਹੀ ਹੈ ਜਿਹਦਾ ਆਪਣੇ ਪੁੱਤਰ ਦਾ ਵਿਆਹ ਕੀਤਾ ਸੀ ਜੁਨੇਦ ਅਫਦਰ ਸਾਹਿਬ ਦਾ ਤੇ ਉਹ ਵਿਆਹ ਕਰਨ ਤੋਂ ਬਾਅਦ ਫਿਰ ਉਸ ਨੀਮ ਸੱਸ ਕਟਣੀ ਕਟਣੀ ਸੰਦੂਕਾਂ ਔਲੇ ਦੇ ਤੁਸੀਂ ਸੁਣਿਆ ਸੀ ਉਹ ਮੇਰੇ ਖਿਲ ਕਿਤੇ 9 ਕੋਟ ਦਿੱਤੀ ਸੀ ਸੰਦੂਕਾਂ ਔਲੇ ਉਹ ਵਿਆਹ ਵੀ ਨਾ ਚੱਲਿਆ ਚਲੋ ਉਹ ਤੇ ਉਹਨਾਂ ਦਾ ਨਿੱਜੀ ਮਾਮਲਾ ਹੈ ਇਹ ਤੇ ਗੰਦ ਮਾਰਦੇ ਨੇ ਇਮਰਾਨ ਖਾਨ ਸਾਹਿਬ ਦੀ ਜ਼ਿੰਦਗੀ 'ਚ ਅਸੀਂ ਤੇ ਇਸ ਪਾਸੇ ਨਹੀਂ ਜਾਂਦੇ ਬਹਰਲ ਕਹਿਣ ਦਾ ਮਤਲਬ ਹੈ ਵੀ ਉਹ ਵਿਆਹ ਵੀ ਲੰਮਾ ਨਾ ਚੱਲਿਆ ਲੇਕਿਨ ਉਸ ਵਿਆਹ ਦੇ ਉੱਤੇ ਜਿੰਨਾ ਰੁਪਈਆ ਲਾਇਆ ਔਰ ਮੇਰਾ ਖਿਆਲ ਹੈ ਪੀ ਪੰਜਾਬ ਦੀਆਂ ਸਾਰੀਆਂ ਧੀਆਂ ਦਾ ਉਹਨੇ ਦਾ ਵਿਆਹ ਹੋ ਜਾਣਾ ਹੈ ਜਿੰਨੇ ਦਾ ਉਹ ਕੱਲਾ ਵਿਆਹ ਕਰ ਛੱਡਿਆ ਹੈ ਤੇ ਜਿੰਨਾ ਰੁਪਈਆ ਜਾਂ ਪਾਕਿਸਤਾਨ ਦੀਆਂ ਸਾਰੀਆਂ ਧੀਆਂ ਕੱਲੇ ਪੰਜਾਬ ਕੀ ਪੂਰੇ ਪਾਕਿਸਤਾਨ ਦੀਆਂ ਸਾਰੀਆਂ ਧੀਆਂ ਜਿੰਨਾ ਕਿ ਪੈਸਾ ਉੱਤੇ ਲਾਤਾ ਹੋਣਾ ਇੱਕ ਸੂਬਾ ਨਹੀਂ ਸਾਰੀ ਕਬਰ ਹੋ ਜਾਣਗੇ ਉਹਦੇ ਚ ਤੇ ਮਰੀਮ ਬਾਜੀ ਦੇ ਜਿਹੜੇ ਜੋੜੇ ਸਾਂ ਤੇ ਜ਼ੇਵਰ ਸਾਂ ਤੇ ਬੈਗ ਸਾਂ ਤੇ ਉਹ ਬਾਜੀ ਤੇ 53 ਹਜ਼ਾਰ ਜੁਡਰਲੈਂਡ ਤੋਂ ਫੇਰ ਆਉਂਦੀ ਏ ਤੇ ਉਹ ਹੁਣ ਮੇਰੇ ਮੇਰੇ ਬਾਜੀ ਕਿਤੇ ਇਹ ਨਾ ਕਹਦੇ ਵੀ ਉਹ 300 ਰੁਪਏ ਦਾ ਸੀ ਸਾਰਾ ਕੁਝ ਜੋ ਮੈਂ ਪਾਇਆ ਸੀ ਬਹਰਲ ਉਹ ਜੋ ਤੁਹਾਡਾ ਕਾਲ অর ਫੇਲ ਚ ਤੁਹਾਡੀ ਜਿਹੜੀ ਤਜ਼ਾਦ ਹੈ ਜਿੱਡੀ ਤੁਹਾਡੇ ਚ ਮੁਨਾਫਕਤ ਹੈ ਉਹ ਜਿਹੜਾ ਵਿਆਹ ਪਹਿਲਾਂ ਇੰਗਲੈਂਡ ਕੀਤਾ ਤੇ ਫਿਰ ਇੱਥੇ ਕੀਤਾ ਤੇ ਫਿਰ ਪਤਾ ਨਹੀਂ ਕਿੱਥੇ ਕੀਤਾ ਤੇ ਫਿਰ ਪਤਾ ਨਹੀਂ ਕੀਤਾ ਕਿ ਨਾ ਕੀਤਾ ਤੇ ਚੱਲਿਆ ਕਿ ਨਾ ਚੱਲਿਆ ਉਹ ਸਾਰਾ ਕੁਝ ਜਿਹੜਾ ਕੀਤਾ ਉਹ ਵਨ ਡੇ ਵਾਲੀਆਂ ਕਰਤੂਤਾ ਨੇ ਤੁਹਾਡੀਆਂ ਕਾਰਨਾਮੇ ਨੇ ਆਖਣਾ ਵਨ ਡੇ ਮਤਲਬ ਗੱਲਾਂ ਕਰਨੀਆਂ ਨੇ بڑے ਜਿਹੜੇ ਨਾ ਉਹ ਇੰਟੈਲੈਕਚੁਅਲ ਲੋਕਾਂ ਵਾਲੀਆਂ ਔਰ ਗੱਲਾਂ ਕਰਨੀਆਂ ਨੇ ਕਿ ਜਿਸ ਤਰ੍ਹਾਂ ਤੁਹਾਨੂੰ ਬੜੀ ਫਿਕਰ ਹੈ ਔਰ ਤੁਸੀਂ ਬੜੇ ਕੋਈ ਨਜ਼ਰੀਆਤੀ ਲੋਕ ਹੋ ਤੇ ਕਰਤੂਤਾ ਆਪਣੀਆਂ ਵੇਖ ਲਓ ਐਡੀਆਂ ਛੋਟੀਆਂ ਨੇ ਕਿ ਉਹਨਾਂ ਦੇ ਉੱਤੇ ਗੱਲ ਕੀ ਕਰੀਏ ਅੱਛਾ ਜੀ ਅਗਲੀ ਖਬਰ ਇਹ ਹੈ ਕਿ ਜਿਹੜੀਆਂ ਇਮਰਾਨ ਖਾਨ ਦੀਆਂ ਇਹ ਜੇਲ੍ਹ ਦੇ ਵਿੱਚੋਂ ਕਿਤਾਬਾਂ ਦੀਆਂ ਤਸਵੀਰਾਂ ਸ਼ਾਇਆ ਕਰਦੇ ਨੇ ਇਹ ਕਿਸੇ ਨੇ ਆਖਿਆ ਜੀ ਜਨਾਬ ਇਹ ਨਵਾਜ਼ ਸ਼ੀਬ ਦੀ ਛੇੜ ਹੈ ਜਿਹੜੀਆਂ ਕਿਤਾਬਾਂ ਜਾਰੀ ਕਰਦੇ ਨੇ ਇਹ ਇਮਰਾਨ ਖਾਨ ਇੰਨੀਆਂ ਕਿਤਾਬਾਂ ਪੜ ਲੀਆਂ ਨੇ ਇੰਨੀਆਂ ਕਰ ਲੀਆਂ ਔਰ ਆਖਿਆ ਵੀ ਨਵਾਜ਼ ਸ਼ੀਬ ਦਾ ਬਲੱਡ ਪ੍ਰੈਸ਼ਰ ਡਾਊਨ ਹੋ ਜਾਂਦਾ ਹੁਣ ਪੁੱਛਦੇ ਹੋਵੋਗੇ ਕਿਉਂ ਨਵਾਸ਼ ਸ਼ਰੀਫ ਨੂੰ ਪਤਾ ਤੇ ਹੈ ਵੀ ਕਿਸੇ ਨਾ ਕਿਸ ਦਿਨ ਫੇਰ ਜੇਲੇ ਜਾਣਾ ਪੈਣਾ ਤੇ ਉਹ ਸੋਚਦਾ ਹੈ ਕਿ ਹੁਣ ਮੈਂ ਕਿਤਾਬਾਂ ਵੀ ਪੜ੍ਹਨੀ ਆ ਬੈਣੀ ਆ ਕੀ ਪਤਾ ਜੇਲ੍ਹ ਵਾਲੇ ਜਨਾਬ نافذ ਹੀ ਕਰ ਦੇਣ ਬਾਹ ਮਸ਼ੱਕਤ ਕੈਦ ਬਾਹ ਮਸ਼ੱਕਤ ਨਵਾਸ਼ ਸ਼ਰੀਫ ਸਾਹਿਬ ਨੂੰ ਕੈਦ ਬਾਹ ਮਸ਼ੱਕਤ ਦਿੱਤੀ ਜਾਵੇ ਇਹਨਾਂ ਨੂੰ ਹੋਰ ਮਸ਼ੱਕਤ ਕਰਾਉਣ ਦੀ ਲੋੜ ਨਹੀਂ ਬਾਜਣਾ ਤੇ ਇਹ ਮਸ਼ੱਕਤ ਕੇ ਕਿਤਾਬਾਂ ਪੜ੍ਹਨ ਇਸ ਤੋਂ ਵੱਡੀ ਸ਼ਰੀਫ ਟੱਬਰ ਤੇ ਮੇਰੀ ਨਲਾਇਕ ਬਾਜੀ ਨਵਾਸ਼ ਸ਼ਰੀਫ ਸ਼ਬਾਸ਼ ਜੀ ਇਹਨਾਂ ਦੇ ਉੱਤੇ ਇਸ ਤੋਂ ਵੱਡੀ ਮਸ਼ੱਕਤ ਹੋਰ ਕੋਈ ਨਹੀਂ ਹੋ ਸਕਦੀ ਕਿ ਜੇਲ੍ਹ ਜਾਂ ਅਦਾਲਤ ਕਹੇ ਕਿ ਜਨਾਬ ਤੁਹਾਡੀ ਮਸ਼ੱਕਤ ਕਿਤਾਬਾਂ ਪੜ੍ਹਨਾ ਕਿਤਾਬਾਂ ਪੜ੍ਹੋ ਉਥੋਂ ਨਵਾਜੀ ਸਾਹਿਬ ਡਰੇ ਨੇ ਤੇ ਉਹ ਜਿਸ ਵੇਲੇ ਤਸਵੀਰਾਂ ਆਉਂਦੇ ਆਂਦੀਆਂ ਨੇ ਆਂਦੇ ਨੇ ਪਰਾਂ ਕਰ ਦਿਓ ਮੈਨੂੰ ਵਿਖਾਓ ਨਾ ਅੱਛਾ ਜੀ ਹੁਣ ਤੁਹਾਡੇ ਕੋਈ ਚਿੱਠੀ ਪੱਤਰ ਅੱਗੇ ਰੱਖਨੇ ਪਹਿਲਾ ਚਿੱਠੀ ਪੱਤਰ ਇਹ ਹੈ ਕਿ ਸਰ ਬਹੁਤ ਹੀ ਇhtਰਾਮ ਕੇ ਸਾਥ ਆਪ ਨੇ ਅਜ਼ਰ ਸਰ ਕੇ ਭਾਈ ਦਾ ਅਜ਼ਰ ਮਸ਼ਵਾਨੀ ਦੇ ਭਰਾਵਾਂ ਨੂੰ ਚੁਕਿਆ ਗਿਆ ਉਹਦਾ ਮੈਂ ਜ਼ਿਕਰ ਕੀਤਾ ਸੀ ਆਫੀਸ਼ਲ ਟੀਮ ਦਾ ਹਿੱਸਾ ਨੇ ਜ਼ਿਕਰ ਕੀਤਾ ਤੁਸੀਂ ਸ਼ਹਿਰੀਆਰ ਬੁਖਾਰੀ ਦੇ ਭਾਈ ਦਾ ਜ਼ਿਕਰ ਨਹੀਂ ਕੀਤਾ ਯਾਰ ਮੈਂ ਕੀਤਾ ਤੁਹਾਨੂੰ ਤੁਸੀਂ ਕਿਤੇ ਸੁਣਿਆ ਨਹੀਂ ਮੈਂ ਕੀਤਾ ਸੀ ਵੀ ਲਾਗ ਚ ਜ਼ਿਕਰ ਸ਼ਹਿਰੀਆਰ ਬੁਖਾਰੀ ਸਾਹਿਬ ਦੇ ਭਾਈ ਨੂੰ ਚੁੱਕਿਆ ਗਿਆ ਇਸ ਤੋਂ ਬਾਅਦ ਪਹਿਲੇ ਕਮਰਾਨ ਖਾਨ ਦੇ ਘਰ ਵਾਲਿਆਂ ਨੂੰ ਹਰਾਸਾ ਕੀਤਾ ਜਾ ਰਿਹਾ ਇਹ ਜਿੰਨੇ ਵੀ ਬੰਦੇ ਨੇ ਇਹ ਸਾਰੇ ਵੋਲੰਟੀਅਰ ਨੇ ਸਾਰੇ ਆਵਾਜ਼ਾਂ ਚੁੱਕਦੇ ਨੇ ਸਾਰੇ ਜ਼ਰੂਰੀ ਨੇ ਇਹ ਇਨਸਾਨੀ ਹਕੂਕ ਦੀ ਖਿਲਾਫ ਵਰਦੀ ਹੋ ਰਹੀ ਹੈ ਸਾਰਿਆਂ ਦਾ ਕੌਜ਼ ਇੱਕੋ ਜਿਹਾ ਸਾਰੇ ਇੱਕੋ ਜਿਹੇ ਆਹਮ ਨੇ ਜ਼ਾਹਿਰ ਹੈ ਕੌਮਾਸਤੇ ਅਜ਼ਰ ਮਸ਼ਵਾਨੀ ਦੇ ਤੇ ਖਾਨਦਾਨ ਨਾਲ ਬੜੀ ਪਹਿਲਾਂ ਵੀ ਜ਼ਿਆਦਤੀ ਕੀਤੀ ਹੈ ਹੁਣ ਵੀ ਕਰ ਰਹੇ ਨੇ ਇਹ ਸਾਰੀ ਬੰਦ ਹੋਣੀ ਚਾਹੀਦੀ ਹੈ ਜਿੰਨ ਤੱਕ ਇਹ ਬੰਦ ਨਹੀਂ ਹੋਏਗੀ ਪਾਕਿਸਤਾਨ ਅੱਗੇ ਨਹੀਂ ਤੁਰੇਗਾ ਅੱਛਾ ਜੀ ਅਗਲੀ ਖਬਰ ਹੈ ਆਪ ਕੀ ਬਾਤ ਕੋ ਅੱਗੇ ਬੜਾਤੇ ਹੈ ਡਾਕਟਰ ਸਾਹਿਬ ਉਹ ਤੁਹਾਨੂੰ ਚੇਤਾ ਹੈ ਨਾ ਮੈਂ ਆਖਿਆ ਸੀ ਬੇਵਾਲ ਆ ਇੱਕ ਲਫ਼ਜ਼ ਮੇਰੇ ਪਿੱਛੇ ਪੈ ਗਏ ਸੰ ਸਾਡੇ ਸਾਡੇ ਜਿਹੜੇ ਉਰਦੂ ਸਪੀਕਿੰਗ ਭਰਾ ਨੇ ਨਾ ਮੀਡੀਆ ਦੇ ਉੱਤੇ ਤੁਸੀਂ ਵੇਖਿਆ ਹੋਏਗਾ ਐ ਸਕੂਲ ਵੀ ਸਕੂਲ ਲਿਖਿਆ ਹੁੰਦਾ ਮੀਡੀਆ ਅਲਫ਼ ਹੁੰਦਾ ਇਸ ਤੋਂ ਪਹਿਲਾਂ ਲਫ਼ਜ਼ ਤੇ ਸਕੂਲ ਹੈ ਨਾ ਲੇਕਿਨ ਉਰਦੂ ਸਪੀਕਿੰਗ ਵਾਲੇ ਉਹਨੂੰ ਸਕੂਲ ਕਹਿੰਦੇ ਨੇ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਉਹ ਸਕੂਲ ਹੀ ਲਿਖਿਆ ਹੁੰਦਾ ਕੋਈ ਮਾੜੀ ਗੱਲ ਨਹੀਂ ਜ਼ੁਬਾਨ ਉਹਨਾਂ ਦੀ ਉਹਨਾਂ ਨੂੰ ਬਹੁਤਾ ਪਤਾ ਹੋਏਗਾ ਭਾਈ ਅਸੀਂ ਤੇ ਤੁਹਾਡੇ ਨਾਲ ਹੈ ਪੰਜਾਬ ਨੇ ਤੇ ਦੋਵੇਂ ਬਾਵਾ ਜਿਹੜੀਆਂ ਖੋਲ ਕੇ ਜਨਾਬ ਇਸ ਜ਼ੁਬਾਨ ਨੂੰ ਜਿਹੜਾ ਆਪਣੇ ਗਲ ਨਾਲ ਲਾਇਆ ਪਰ ਮੁਸੀਬਤ ਇਹ ਹੈ ਕਿ ਪੰਜਾਬੀ ਨੂੰ ਕੋਈ ਗਲ ਨਾਲ ਨਹੀਂ ਲਾਉਂਦਾ ਜੇ ਸਾਡੇ ਕਿਸੇ ਲਫ਼ਜ਼ ਦਾ ਮਤਲਬ ਤੁਹਾਡੀ ਜ਼ੁਬਾਨ ਚ ਪੁੱਠੇ ਤੇ ਲੱਠ ਲੈ ਕੇ ਸਾਡੇ ਮਗਰ ਪੈ ਜਾਂਦੇ ਉਹ ਸਾਡਾ ਕੀ ਕਸੂਰ ਹੈ ਇਹ ਭਾਈ ਉਹਨਾਂ ਨੇ ਬੜਾ ਜ਼ਬਰਦਸਤ ਕੰਮ ਦੱਸਿਆ ਉਹਨਾਂ ਗਿਆ ਜਨਾਬ ਇਹ ਰੋਜ਼ਮਰਹ ਜ਼ਿੰਦਗੀ ਦੇ ਵਿੱਚ ਨਾ ਇਕ ਲਫ਼ਜ਼ ਉਹਨਾਂ ਨੇ ਕਿਹਾ ਜੀ ਨੇਕ ਇਸਤੇਮਾਲ ਕਰਦੇ ਅਸੀਂ ਪਾਕਿਸਤਾਨ ਬੜਾ ਨੇਕ ਬੰਦਾ ਹੈ ਬੜੀ ਨੇਕ ਤਬੀਅਤ ਹੈ ਜਨਾਬ ਉਹਨਾਂ ਦੀ ਬੜੀ ਨੇਕੀ ਕਰਨ ਡਿਆ ਉਹ ਨੇਕ ਬਣ ਜਾ ਉਹ ਨੇਕੀ ਕਰ ਲਾ ਉਹਨਾਂ ਕਹੇ ਜੀ ਆ ਰੋਜ਼ ਅਸੀਂ ਇਹ ਇਸਤੇਮਾਲ ਕਰਦੇ ਹਾਂ ਉਹਨਾਂ ਕਹੇ ਜੀ ਅਰਬੀ ਜ਼ੁਬਾਨ ਦਾ ਮੈਂ ਤੁਹਾਨੂੰ ਇਹਦਾ ਮਤਲਬ ਕੀ ਹੈ ਦੱਸ ਨਹੀਂ ਸਕਦਾ ਜੇ ਦੱਸਿਆ ਤਾਂ ਤੁਹਾਡੇ ਵੀ ਲਾਗ ਤੇ ਪਾਬੰਦੀ ਲੱਗ ਜਣੀ ਤੇ ਮੈਨੂੰ ਵੀ ਛੇਤਰ ਪੌਲਾ ਹੋਣਾ ਉਹ ਮੈਂ ਵੈਸੇ ਭਾਈ ਜੀ ਗਲਤੀ ਨਾਲ ਉਹਦਾ ਮਤਲਬ ਵੇਖ ਲਿਆ ਸੀ ਜੇ ਤੁਸੀਂ ਵੀ ਵੇਖਣਾ ਤੇ ਇੰਜ ਨਹੀਂ ਲਿਖਣਾ ਉਹ ਨੇਕ ਉਹ ਲਿਖਣਾ ਜੇ ਨੂਨ ਯੇ ਤੇ ਕੈਂਚੀ ਵਾਲਾ ਕਾਫ ਤੇ ਤੁਹਾਨੂੰ ਆਪੇ ਹੀ ਨਜ਼ਰ ਆ ਜਾਏਗਾ ਵੀ ਉਹਦਾ ਕੀ ਮਤਲਬ ਹੈ ਮੈਂ ਵੀ ਨਹੀਂ ਦੱਸ ਸਕਦਾ ਵਾਕਈ ਗੱਲ ਠੀਕ ਹੈ ਕੋਸੋਨੀ ਪਹਿਣਗੇ ਅਗਰ ਉਹ ਮੈਂ ਦੱਸ ਦਿੱਤਾ ਤੇ ਉਹਨਾਂ ਗਿਆ ਜੀ ਮਤਲਬ ਅਗਰ ਤੁਸੀਂ ਚੈੱਕ ਕਰੋਗੇ ਤੇ ਕਾਬਲੇ ਗ੍ਰਿਫਤ ਪੁਲਿਸ ਦੇ ਆ ਜਾਓਗੇ ਤੇ ਇਸ ਆਸਤੇ ਹਰ ਜਿਹੜਾ ਲਫ਼ਜ਼ ਹੁੰਦਾ ਹੈ ਉਹਦੇ مختلف ਜ਼ੁਬਾਨਾਂ ਚ ਉਹਦੇ مختلف ਮਤਲਬ ਹੋ ਸਕਦੇ ਨੇ ਇੱਕ ਦੂਜੇ ਨੂੰ ਬਰਦਾਸ਼ਤ ਕਰੋ ਪ੍ਰੈਸ਼ਰ ਕੁੱਕਰ ਨਾ ਬਣਾਓ ਤੇ ਇੱਕ ਦੂਜੀ ਦੀ ਜ਼ੁਬਾਨ ਨੂੰ ਤੇ ਇਸੇ ਲਈ ਜਨਾਬ ਮੈਂ ਤੁਹਾਨੂੰ ਇਹ ਆਖਿਆ ਸੀ ਉਰਦੂ ਸਪੀਕਿੰਗ ਪਰ ਆਵਾਂ ਨੂੰ ਤੇ ਮੈਂ ਪੁੱਛਿਆ ਵੀ ਸੀ ਪੰਜਾਬੀਆਂ ਨੂੰ ਵੀ ਦੱਸੋ ਤੁਹਾਡੇ ਪਿੰਡਾਂ ਚ ਬੇਵਾ ਨੂੰ ਕੀ ਆਖਦੇ ਨੇ ਤੇ ਉਹ ਉੱਥੇ ਉਹਨਾਂ ਨੇ ਉਹਨੂੰ ਗਾਲ ਰੱਖਿਆ ਹੋਇਆ ਲਫ਼ਜ਼ ਦਾ ਮਤਲਬ ਤੇ ਇਹ ਉਹਨਾਂ ਨੇ ਦੱਸਿਆ ਵੀ ਜਨਾਬ ਨੇਕ ਵੀ ਇੱਕ ਉਹ ਜਿਹੇ ਲਫ਼ਜ਼ ਹੈ ਜਿਹੜਾ ਪੰਜਾਬੀ ਆਪਣਾ ਅਰਬੀ ਚੋਂ ਦਾ ਮਤਲਬ ਹੋ ਰਿਹਾ ਹੈ ਤੇ ਇੱਥੇ ਬੜਾ ਚੰਗਾ ਮਤਲਬ ਹੈ ਤੇ ਉਹਨਾਂ ਆਖਿਆ ਹੁਣ ਕਿਸੇ ਬੰਦੇ ਨੂੰ ਕਹੋ ਨਾ ਜ਼ਰਾ ਅਰਬੀ ਚ ਵੀ ਤੂੰ ਬੜਾ ਨੇਕ ਬੰਦਾ ਹੈਂ ਜਾਂ ਨੇਕੀ ਕਰ ਤੇ ਫਿਰ ਤੁਹਾਨੂੰ ਦੱਸੇਗਾ ਵੀ ਤੁਹਾਡਾ ਨਾ ਕੀ ਕਰਦਾ ਉਹਨਾਂ ਨੇ ਕਿਹਾ ਜੀ ਗਿੱਲ ਸਾਹਿਬ ਆਪकी ਸਾਰੀ ਬਾਤਾਂ ਠੀਕ ਹੈ ਨਵੀਦ ਮਾਰ ਸਾਹਿਬ ਕਹਿੰਦੇ ਨੇ ਅੱਛਾ ਪਿਛਲਾ ਕਮੈਂਟ ਜਿਹੜਾ ਜੀ ਫੈਸਲ ਦਾਊਦ ਸਾਹਿਬ ਦਾ ਸੀ ਤੇ ਇਹ ਹੁਣ ਨਵੀਦ ਮਾਰ ਸਾਹਿਬ ਕਹਿੰਦੇ ਨੇ ਕਿ ਗਿੱਲ ਸਾਹਿਬ ਆਪकी ਸਾਰੀ ਬਾਤਾਂ ਠੀਕ ਹੈ ਮਗਰ ਜ਼ਾਲਮ ਕبھی ਵੀ ਮਜ਼ਲੂਮ ਪਰ ਇਸ ਤਰੀਕਿਆਂ ਮਸਾਲਾ ਨੇ ਫਰਾਉਨ ਨੇ ਬਣੀ ਇਸرائیਲ ਤੇ ਕਦੀ ਰਹਿਮ ਨਹੀਂ ਕੀਤਾ ਹਿਟਲਰ ਨੇ ਯੂਧੀਆਂ ਨੇ ਯੂਧੀਆਂ ਤੇ ਤੇ ਅੱਜ ਦੀ ਸੂਰਤ ਹਾਲ ਵੀ ਦੇਖੋ ਤੇ ਜੋ ਕੁਝ ਹੁਣ ਯੂਧੀ ਮੁਸਲਮਾਨਾ ਨਾ ਕਰ ਰਹੇ ਨੇ ਯੂਧੀ ਨਹੀਂ ਕਰ ਰਹੇ ਸਾਰੇ ਇੱਥੇ ਨਿਊਯਾਰਕ ਦੇ ਵਿੱਚ ਤੇ ਬੜੇ ਸਾਰੇ ਯੂਧੀ ਜਿਹੜੇ ਨੇ ਉਹ ਫਲਸਤੀਨੀਆ ਦੇ ਹੱਕ ਦੇ ਵਿੱਚ ਮਜ਼ਾਰੇ ਵੀ ਕਰਦੇ ਨੇ ਇਹ ਕੋਈ ਵੀ ਮਜ਼ਹਬ ਨਹੀਂ ਹੁੰਦਾ ਮਾੜਾ ਜਾਂ ਚੰਗਾ ਇਹਦੇ ਵਿੱਚ ਲੋਕ ਹੁੰਦੇ ਨੇ ਉਹ ਜਿਹੜੀ ਉੱਥੇ ਇਸ ਵੇਲੇ ਰਜਿਮ ਬੈਠੀ ਹੈ ਉਹ ਇਹ ਸਾਰਾ ਕੰਮ ਕਰ ਰਹੀ ਹੈ ਉੱਥੇ ਉਸ ਮੁਲਕ ਨੂੰ ਜਿਹੜਾ ਚਲਾਉਣ ਦੇ ਨੇ ਇਸ ਵੇਲੇ ਉੱਤੇ ਬੈਠੇ ਉਹਨਾਂ ਦਾ ਇਹ ਸਾਰਾ ਬੇੜਾਗਰਕ ਹੋਇਆ ਹੈ ਕਿ ਉਹਨਾਂ ਨੇ ਇਹ ਸਾਰੀ ਖਰਾਬੀ ਕੀਤੀ ਹੈ ਉਹਨਾਂ ਕਹਿੰਦੇ ਜੀ ਆਜ਼ਾਦੀ ਔਰ ਇੱਜ਼ਤ ਆਸਤੇ ਕੁਰਬਾਨੀ ਦੇਣੀ ਪੈਂਦੀ ਹੈ ਇਹ ਖੂਨ ਮੰਗਦੀ ਹੈ ਪਾਕਿਸਤਾਨ ਦੇ ਵਿੱਚ ਵੀ ਇਨਕਲਾਬ ਜ਼ਰੂਰੀ ਹੈ ਉਹ ਆਂਦੇ ਨੇ ਔਰ ਇਹ ਮੁਕੰਮਲ ਬਗਾਵਤ ਨਾਲ ਹੀ ਆਉਣਾ ਹੈ ਰਹਿਮ ਕਿਸੇ ਨੇ ਨਹੀਂ ਕਰਨਾ ਮੇਰੀ ਤੇ ਦੁਆ ਹੈ ਜੀ ਕਿ ਖੂਨ ਨਾ ਬਹੇ ਸਾਡਾ ਪਤਨੀ ਅਜ਼ੀਜ਼ ਹੈ ਮੇਰੀ ਤੇ ਦੁਆ ਇਹ ਹੈ ਕਿ ਕਨਸਟੀਟਿਊਸ਼ਨ ਔਰ ਆئین ਦੇ ਤਹਿਤ ਹੀ ਮੈਂ ਤੇ ਇੱਕ ਸਿਆਸੀ ਆਦਮੀ ਹੈ ਮੈਂ ਤੇ ਕਨਸਟੀਟਿਊਸ਼ਨ ਔਰ ਆئین ਦੀ ਗੱਲ ਕਰਦਾ ਮੇਰੀ ਤੇ ਦੁਆ ਇਹ ਹੈ ਕਿ ਆئین ਦੇ ਅੰਦਰ ਰਹਿੰਦੀ ਹੈ ਸਾਰਾ ਕੁਝ ਹੋਵੇ ਅੱਛਾ ਜੀ ਇਹਨਾਂ ਨੇ ਕਿਹਾ ਕਿ ਡਾਕਟਰ ਸ਼ਬਾਜ਼ ਗਿਲ ਸਾਹਿਬ ਤੁਹਾਡਾ ਪੰਜਾਬੀ ਵੀਲੌਗ ਸੁਣਿਆ ਡਾਕਟਰ ਸਾਹਿਬ ਨਵਾਸ਼ ਸ਼ੀਫ ਨੂੰ ਜਿੰਨੀ Imran Khan ਨੇ ਸਹੂਲਤਾਂ ਦਿੱਤੀਆਂ ਉਹਨੇ ਨੇਕੀ ਯਾਦ ਨਹੀਂ ਰੱਖੀ ਇਹ احسان فراموشی ਦੇਖੋ Imran Khan ਸਾਹਿਬ ਅਗਰ ਚਾਹੁੰਦੇ ਤੇ ਉਹ ਨਵਾਸ਼ ਸ਼ੀਫ ਸਾਹਿਬ ਦੇ ਬਿਲਕੁਲ ਏਸੀ ਜਿਹੜੇ ਨੇ ਉਹ ਬੰਦ ਕਰਾ ਸਕਦੇ ਸਨ ਉਹਨਾਂ ਨਹੀਂ ਕਰਾਏ ਉਹਨਾਂ ਨੇ ਦੱਸਿਆ ਵੀ ਬਿਮਾਰ ਨੇ ਜਾਂ ਬੁੱਢੇ ਬੰਦੇ ਨੇ ਖਰਾਬੀ ਹੋਏਗੀ ਠੀਕ ਹੈ ਉਹਨਾਂ ਬਿਆਨ ਦਿੱਤਾ ਸੀ ਇੱਕ ਵਾਰੀ ਲੇਕਿਨ ਉਹਨਾਂ ਏਸੀ ਬੰਦ ਨਹੀਂ ਕਰਵਾਏ ਪਰ ਨਾ ਇੱਕ ਹੁਕਮ ਦੇ ਉੱਤੇ ਉਹ ਉੱਥੇ ਮਾਮਲਾ ਜਿਹੜੇ ਸਿੱਧੇ ਹੋ ਜਾਣੇ ਸਨ ਉਦੋਂ ਵੀ ਲੇਕਿਨ ਇਹ ਏਡੇ ਬੇਸ਼ਰਮ ਨੇ ਕਿ ਤੁਹਾਡੇ ਪੱਲੇ ਤੇ ਨਹੀਂ ਹੈ ਮੈਂ ਪਹਿਲਾਂ ਵੀ ਦੱਸਿਆ ਵੀ ਏਸੀ ਦੇਣਾ ਤਾਂ ਦੂਰ ਦੀ ਗੱਲ ਹੈ ਵੀ ਤੁਸੀਂ ਤੇ ਇਮਰਾਨ ਖਾਨ ਨੂੰ ਜਿਹੜਾ ਉਹ ਮੇਰਾ ਮਤਲਬ ਸੁਨਾ ਨਹੀਂ ਕਰ ਸਕਦੇ ਤੇ ਉਹ ਸਾਰਾ ਕੁਝ ਉਹ ਨਿਜ਼ਾਮਦੀਨ ਦੇ اختیار 'ਚ ਹੈ ਤੇ ਉਸ ਦੇ باوجود ਹੁਜਤਾ ਕਰਦੇ ਨੇ ਗੱਲਾਂ ਕਰਦੇ ਨੇ ਇਹਨਾਂ ਨੇਕੀ ਕੀ ਯਾਦ ਰੱਖਣੀ ਹੈ ਇਹ ਬੇਸ਼ਰਮ ਲੋਗ ਨੇ ਮੈਂ ਹੀ ਕਹਾਂਗਾ ਅੱਛਾ ਜੀ ਅਗਲਾ ਇਹ ਜਿਹੜਾ ਕਮੈਂਟ ਸੀ ਜਨਾਬੇ ਵਾਲਾ ਇਹ ਸਾਡੇ ਸਾਹਮਣੇ ਜਿਹੜਾ ਨਾ ਇਹ ਤਾਰਿਕ ਚੌਧਰੀ ਸਾਹਿਬ ਨੇ ਰੱਖਿਆ ਸੀ ਅੱਛਾ ਜੀ ਹੁਣ ਫਿਰ ਵੀਲੌਗ ਲੰਮਾ ਹੋ ਜਾਣਾ ਹੈ ਮੈਨੂੰ ਦਿਓ ਇਹਦੇ ਨਾਲ ਹੀ ਇਜਾਜ਼ਤ ਤੇ ਰਵਰਾ